आंगनवाड़ी मुलाजम यूनियन पंजाब सीटू वालों ब्लाक सरहंद विखे ब्लाक प्रधान गुरमीत कौर की अगवाई में इकट्ठे होकर केंद्र ते हरियाणा सरकार खिलाफ जोरदार नारेबाजी की गई ते रोस प्रदर्शन किया गया। सड़की आवाजाई ठप करके केंद्र ते हरियाणा सरकार के पुतले साड़े गए। हरजीत कौर पंजोली ने जानकारी दिंदिया दस्सिया कि पिछली 8 दिसंबर 2021 तो आंगनवाड़ी वर्कर ते हैल्पर भैणां हक्की मंगां दे लई लगातार हड़ताल ते ने केंद्र ते हरियाणा सरकार वालों अपनाए अड़ियल रवैये की सख्त शब्दों विच निंदा करते हुए उन्होंने कहा कि सरकार वालों लाए ऐसमा वर्गे कानूनों का इस्तेमाल कर हकों की लड़ाई उत्ते रोक लगाना मुलाजम अते मजदूर हित विरोधी रवैया है। उन्होंने कहा कि आंगनवाड़ी वर्कर हैल्पर सरकार वालों घोषित कीतियां हुई मंगां नूं ही मंग रहे ने ना कि उस तो वध कोई मंग है। साडा आल इंडिया वालों काल सी जी भई असी जिहड़ा हरियाणे की सरकार है उन्होंने साडी आंगनवाड़ी वर्कर है ते हैल्परां ने जिहड़ियां वो अपने एजुकेशन वास्ते जिहड़ियां लड़ रहे हैं जो कि उन्होंने सरकार नहीं बनी सी हरियाणे दे विच उन्होंने वायदा किया भी असी आंगनवाड़ी वर्करां जिहड़े उन्होंने आश्रत दी नौकरी देवांगे। अगला हैगा उन्होंने जिहड़ा अपने पेंशन स्कीम है वो असी लागू करांगे। कुछ जिहड़ा सेंटर की सरकार ने मान भत्ते च वाधा किया 600 ते 300 रुपया ਉਹਦੀ ਇਹਨਾਂ ਨੇ ਕਟੌਤੀ ਕਰਤੀ ਅਜੇ ਤੱਕ ਬਹਾਲ ਨਹੀਂ ਕੀਤੀ। ਇਹਨਾਂ ਮੰਗਾਂ ਨੂੰ ਲੈ ਕੇ ਸਾਡੇ ਹਰਿਆਣੇ ਦੀ ਜਿਹੜੀ ਸਾਡੀ ਆਂਗਣਵਾੜੀ ਵਰਕਰ ਅਤੇ ਹੈਲਪਰ ਭੈਣਾਂ ਉਹ ਬਹੁਤ ਆਪਣਾ ਸੰਘਰਸ਼ ਕਰ ਰਹੀ ਹੈ। ਅੱਜ ਉਹਨਾਂ ਨੂੰ 4 ਮਹੀਨੇ ਹੋ ਗਏ ਅਤੇ ਉਹ ਲੜੀਵਾਰ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਕੱਲ੍ਹ ਛੋੜ ਹਲਕਾ ਹੜਤਾਲ। ਪਰ ਜਿਹੜੀ ਕੇਂਦਰ ਪੰਜਾਬ ਦੀ ਉਹਨਾਂ ਦੀ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਹਨੇ ਇੰਨੀਆਂ ਜਿਹੜੀਆਂ ਸਾਡੀਆਂ ਵਰਕਰਾਂ ਨੇ ਉਹਨਾਂ ਨੂੰ ਕੱਢ ਦਿੱਤਾ ਹੈ। ਸਾਡੀ ਮੰਗ ਹੈ ਵੀ ਇਹ ਇਕੱਲੀਆਂ ਹਰਿਆਣੇ ਦੀਆਂ ਨਹੀਂ ਹੈਗੀਆਂ ਅਤੇ ਜੇਕਰ ਭਾਜਪਾ ਦੀ ਸਰਕਾਰ ਹੈ ਅਤੇ ਇਸ ਕਰਕੇ ਵੀ ਅੱਜ ਅਸੀਂ ਸਾਰੇ ਆਲ ਇੰਡੀਆ ਦੇ ਵਿੱਚ ਅਤੇ ਉਹਨਾਂ ਦੇ ਹਰਿਆਣੇ ਦੀ ਜਿਹੜੀ ਸਰਕਾਰ ਦੀ ਪੁਤਲੇ ਸਾੜ ਰਹੇ ਹਾਂ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਹਰਿਆਣੇ ਜੀ ਨੂੰ ਅਤੇ ਜੇਕਰ ਸਾਡੀਆਂ ਵਰਕਰਾਂ ਬਹਾਲ ਨਾ ਕੀਤੀਆਂ ਤਾਂ ਸਾਡੇ ਪੰਜਾਬ ਦੀਆਂ ਵੀ ਅਸੀਂ ਆਂਗਣਵਾੜੀ ਵਰਕਰਾਂ ਉਹਨਾਂ ਦੇ ਨਾਲ ਹੈ ਅਤੇ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਐਜੂਕੇਸ਼ਨ ਕਰਾਂਗੇ। ਇਹ ਸਾਡਾ ਜਿਹੜਾ ਮਕਸਦ ਸੀਗਾ। ਨਾਲ ਹੀ ਜਿਹੜਾ ਦੂਜਾ ਸਾਡਾ ਹੈਗਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਤੋਂ ਅਸੀਂ ਮੰਗ ਪਹਿਲਾਂ ਵੀ ਕੀਤੀ ਸੀ 28 ਤਰੀਕ ਦੀ ਹੜਤਾਲ ਦੇ ਉੱਤੇ ਵੀ ਸਾਡੀ ਜਿਹੜੀ ਆਂਗਣਵਾੜੀ ਵਰਕਰ ਅਤੇ ਹੈਲਪਰ ਹੈ ਆਸ਼ਰਤ ਦੀ ਨੌਕਰੀ ਆ ਸਾਡੀ ਵਰਕਰਾਂ ਦੇ ਜਿਹੜੇ ਸੈਂਟਰ ਖਾਲੀ ਪਏ ਨੇ ਅਤੇ ਉਹ ਤੁਰੰਤ ਜਿਹੜੇ ਭਰੇ ਜਾਣ ਇਹ ਸਾਡੀ ਪੰਜਾਬ ਦੀ ਸਰਕਾਰ ਨੂੰ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਹੈ ਵੀ ਉਹ ਸਾਡੇ ਜਿਹੜੇ ਸੈਂਟਰ ਹੈ ਅਤੇ ਉਹ ਤੁਰੰਤ ਭਰੇ ਜਾਣ ਅਤੇ ਅਗਲਾ ਹੈਗਾ ਜਿਹੜਾ ਸਾਡਾ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਪਾਇਆ ਉਹਨਾਂ ਉਹ ਵੀ ਸਾਡੀ ਜਿਹੜੀ ਮੰਗ ਪੂਰੀ ਕਰਨ ਇਹ ਸਾਡਾ ਜਿਹੜਾ ਅੱਜ ਦਾ ਜਿਹੜਾ ਭਰਤੀ ਇਹ ਜੇ ਪੰਜਾਬ ਦੀ ਸਰਕਾਰ ਨੇ ਅਤੇ ਜੇ ਸਾਡੀ ਇਹ ਭਰਤੀ ਨਾ ਕੀਤੀ ਤਾਂ ਅਸੀਂ ਜਿਹੜੀ ਮੀਟਿੰਗ ਆ ਸਾਡੀ ਅਸੀਂ 18 ਤਰੀਕ ਨੂੰ ਮੀਟਿੰਗ ਕਰ ਰਹੇ ਹਾਂ ਆਪਣੀ ਅਤੇ ਸਟੇਟ ਦੀ ਉਹਦੇ ਵਿੱਚ ਫੈਸਲਾ ਲੈ ਕੇ ਅਸੀਂ ਕੋਈ ਨਾ ਕੋਈ ਗੱਲ ਕਰਾਂਗੇ। ਅਸੀਂ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਅਤੇ ਉਹਨਾਂ ਨੇ ਮੰਗ ਪੱਤਰ ਲਿੱਤਾ ਪਰ ਅਸੀਂ ਮੰਤਰੀ ਸਾਹਿਬ ਨੂੰ ਵੀ ਸਾਡੀ ਜਿਹੜੀ ਸਮਾਜ ਸੁਰੱਖਿਆ ਮੰਤਰੀ ਮਨਜੀਤ ਕੌਰ ਡਾਕਟਰ ਅਤੇ ਉਹਨਾਂ ਨੇ ਵੀ ਕਿਹਾ ਵੀ ਸਾਡਾ ਜਲਦੀ ਜਿਹੜਾ ਸਾਨੂੰ ਟਾਈਮ ਦਿੱਤਾ ਜਾਵੇ ਟਾਈਮ ਦੇ ਕੇ ਜਿਹੜੀ ਸਾਡੇ ਮੰਗਾਂ ਦਾ ਜਿਹੜਾ ਹੱਲ ਕੀਤਾ ਜਾਵੇ। ਜੇਕਰ ਨਾ ਸਾਡੀ ਸਾਨੂੰ ਟਾਈਮ ਦਿੱਤਾ ਸਾਡੇ ਮੰਗਾਂ ਵੱਲ ਨਾ ਹੱਲ ਕੀਤਾ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਆਪਣਾ ਸ਼ਿਕਾਇਤ ਜਿਹੜਾ ਪੇਸ਼ ਕਰਾਂਗੇ। ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ।